वेलकम टू द शो सारे के जी आई में हूँ मैं हूँ तुसदा मेहमान आदर मलक इस शो के जरिए तुसा वास्ते पेश किया जाता है हर सैटरडे हर हफ्ते की शामी 7 बजे तो 8 बजे तक नाजिन इस शो से असं तुसदी लाइव कॉल लेंदे हैं ते इन शो से मुतलक मामला पर तुसें की एडवाइस करते हैं अगर तुसें की या तुसें दे किसी चाहने वाले की किसी किस्म का कोई मिक्स मसला दरपेश हो तो बिल्कुल तुसें प्रोग्राम से फोन करके लाइव एडवाइस दे सकते हो ਰਾਜੀ ਜਦੋਂ ਤੁਸੀਂ ਦੀ ਕਾਲ ਕੋਨੈਕਟ ਹੋ ਜਾਏ ਤੇ ਬੇਨਤੀ ਹੈ ਕਿ ਤੁਸੀਂ ਆਪਣੀ ਟੀਵੀ ਦੀ ਵਾਲੀ ਜਾ ਕੇ ਕੱਟ ਕਰਕੇ ਗੱਲ ਕਰਦੇ ਹੋ ਜਾਂ ਫਿਰ ਤੁਸੀਂ ਕਿਸੇ ਦੂਸਰੇ ਰੂਮ ਤੇ ਜਾ ਕੇ ਆਪਣੇ ਸਵਾਲ ਪੁੱਛ ਸਕਦੇ ਹੋ ਰਾਜੀ ਹੁਣ ਬਰਦੇ ਨਾਲ ਜੇ ਪਹਿਲੇ ਕਾਲਰ ਦੀ ਤਰਫ ਉਹ ਤਾਂ ਜੇ ਲੈਣ ਤੱਕ ਕੋਈ ਨਾ ਜੀ ਫਰਮਾਓ ਜੀ ਜੀ ਫਰਮਾਓ ਜੀ ਜੀ ਫਰਮਾਓ बिल्कुल ਕਿਉਂਕਿ ਉਹਨਾਂ ਹੁਣ ਐਕਸਟੈਂਸ਼ਨ ਵਾਸਤੇ ਐਪਲੀਕੇਸ਼ਨ ਕਰਨੀ ਹੈ ਜਦੋਂ ਐਕਸਟੈਂਸ਼ਨ ਵਾਸਤੇ ਅਪਲਾਈ ਕਰਦੇ ਨੇ ਉਸ ਟਾਈਮ ਕੋਈ ਇੰਗਲਿਸ਼ ਟੈਸਟ ਦੀ ਲੋੜ ਨਹੀਂ ਪੈਂਦੀ ਤੇ ਕਾਨੂੰਨ ਇਹ ਕਹਿੰਦੇ ਕਿ ਜਦੋਂ ਇੱਥੇ ਆਏ ਸੀ ਉਹਨਾਂ ਦੇ ਜਦੋਂ ਆਏ 5 ਸਾਲ ਹੋ ਜਾਣੇ ਤੇ 5 ਸਾਲ ਬਾਅਦ ਉਹ 25 ਵਾਸਤੇ ਅਪਲਾਈ ਕਰ ਸਕਦੇ ਹਨ ਤੇ ਜਦੋਂ 5 ਸਾਲ ਬਾਅਦ ਅਪਲਾਈ ਕਰਨਾ ਉਸ ਟਾਈਮ ਇੱਥੇ ਲਾਈਸੈਂਸ ਦੀ ਯੂਕੇ ਟੈਸਟ ਚਾਹੀਦਾ ਹੈ ਜਿਹੜਾ ਕਿ ਇਹਨਾਂ ਆਲਰੇਡੀ ਕਰ ਦਿੱਤਾ ਹੈ ਇਸ ਤੋਂ ਇਲਾਵਾ B1 ਦਾ ਟੈਸਟ ਚਾਹੀਦਾ ਹੋਏਗਾ ਮਗਰ ਇਹ ਦੋਨਾਂ ਟੈਸਟ 5 ਸਾਲ ਦੇ ਬਾਅਦ ਚਾਹੀਦੇ ਹਨ ਤੇ ਐਕਸਟੈਂਸ਼ਨ ਜਦੋਂ ਅਪਲਾਈ ਕਰਨੀ ਹੈ ਤੇ ਉਸ ਟਾਈਮ ਬੁਨਿਆਦੀ ਤੌਰ ਤੇ ਇਹੀ ਰਿਕੁਆਇਰਮੈਂਟ ਹਨ ਕਿ ਤੁਸੀਂ ਦੋਨੇ ਦੇ ਬਿੱਲ ਵਗੈਰਾ ਪੇਪਰ ਕਰਾਏ ਕਿ ਐਡਰੈਸ ਤੇ ਹੋਣੇ ਚਾਹੀਦੇ ਤੁਸੀਂ ਨਾ ਰਹਿੰਦੇ ਰਹੋ ਨਾਲ ਤੁਸੀਂ ਦੀ ਜਿਹੜੀ ਇਨਕਮ ਹੈ ਜਾਂ ਤਾਂ ਤੁਸੀਂ ਦੀ ਇਕੱਲੀ ਇਨਕਮ 18,600 ਹੋ ਜਾਂ ਫਿਰ ਤੁਸੀਂ ਦੀ ਕੰਬਾਈਨ ਇਨਕਮ 18,600 ਤੋਂ ਪਲੱਸ ਹੋਣੀ ਚਾਹੀਦੀ ਤਾਂ ਉਹਨਾਂ ਦੀ 7-2.5 ਸਾਲ ਦੀ ਐਕਸਟੈਂਸ਼ਨ ਮਿਲ ਜਾਣੀ ਹੈ ਨਾਜ਼ਰ ਬਰਦਨ ਅਸੀਂ ਨੈਕਸਟ ਕਾਲਰ ਸਰ ਜੀ ਫਰਮਾਓ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਕੁਐਸਚਨ ਪੁੱਛਣਾ ਸੀਗਾ ਕਿ ਮੇਰੇ ਮੰਮੀ ਡੈਡੀ ਇੰਡੀਆ ਤੋਂ 10-12 ਸਾਲ ਹੋ ਗਿਆ ਹਰ ਸਾਲ ਆ ਜਾਂਦੇ ਆ ਨਾ ਲਾਸਟ 5 ਈਅਰਸ ਹੋ ਗਿਆ ਉਹਨਾਂ ਨੂੰ 5 ਈਅਰਸ ਦਾ ਵੀਜ਼ਾ ਮਿਲਿਆ ਹੋਇਆ ਤਾਂ ਫਿਰ 6 ਮੰਥ ਰਹਿ ਕੇ ਵਾਪਸ ਚਲੇ ਜਾਂਦੇ ਆ ਤੇ ਹੁਣ ਉਹਨਾਂ ਦਾ 2018 ਦੇ ਵਿੱਚ 5 ਈਅਰਸ ਦਾ ਵੀਜ਼ਾ ਐਕਸਪਾਇਰ ਹੋ ਜਾਣਾ ਤੇ ਮੈਂ ਇਹ ਪੁੱਛਣਾ ਸੀ ਕਿ ਕੀ ਬੈਸਟ ਹੈਗਾ ਸਟੇ ਵੀਜ਼ਾ ਅਪਲਾਈ ਕਰਨ ਦਾ ਜਾਂ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਮੈਂ ਇੱਕ ਪਰਮਾਨੈਂਟ ਸਟੇ ਦਵਾ ਸਕਦੀ ਹਾਂ ਤੇ ਉਹਨਾਂ ਦੀ ਏਜ ਕਿੰਨੀ ਹੈ ਜੀ ਡੈਡੀ ਮੇਰੇ 75 ਹੈਗੇ ਆ ਤੇ ਮਮ ਹੈਗੇ ਆ 70 ਠੀਕ ਹੈ ਬਿਲਕੁਲ ਜਾਂ ਤੱਕ ਤੁਸੀਂ ਮੰਮੀ ਪਾਪਾ ਦਾ ਮੈਂ ਤਾਲੁਕ ਹੈ ਤੇ ਉਹਨਾਂ ਵਾਸਤੇ 2 ਆਪਸ਼ਨ ਮੌਜੂਦ ਹਨ ਅਗਰ ਤੇ ਉਹ ਇੰਡੀਆ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਨੇ ਤੇ ਵੀਜ਼ੇ ਤੇ ਆਉਣਾ ਚਾਹੁੰਦੇ ਨੇ ਤੇ ਉਸ ਤੋਂ ਬਿਹਤਰ ਆਪਸ਼ਨ ਨਹੀਂ ਹੋਈ ਕਿਉਂਕਿ 2018 ਤੇ ਜਦੋਂ ਵੀਜ਼ਾ ਖਤਮ ਹੋ ਗਿਆ ਤੁਸੀਂ ਮੁੜ ਕੇ 5 ਸਾਲ ਦਾ ਵੀਜ਼ਾ ਦੁਬਾਰਾ ਅਪਲਾਈ ਕਰਦੇ ਹੋ ਔਰ ਮੈਨੂੰ ਪੂਰੇ ਯਕੀਨ ਹੈ ਕਿ ਉਹਨਾਂ ਦੀ ਵੀਜ਼ਾ ਮਿਲ ਵੀ ਜਾਣਾ ਚਾਹੀਦਾ ਹੈ ਤੇ ਹੁਣ ਅਗਰ ਇੰਡੀਆ ਉਹਨਾਂ ਦਾ ਕੋਲੂ ਪਾਸੇ ਕਰਨ ਵਾਲਾ ਨਹੀਂ ਹੈ ਔਰ ਉਹ ਫਾਈਨੈਂਸ਼ਲੀ ਕਿਸੇ ਤੋਂ ਬਹੁਤ ਡਿਪੈਂਡੈਂਟ ਹੈ ਔਰ ਇੰਡੀਆ ਉਹਨਾਂ ਦੀ ਕੋਈ ਸਹੀ ਤਰ੍ਹਾਂ ਰਿਕਾਸਟ ਨਹੀਂ ਕਰ ਪਾ ਰਿਹਾ ਤੇ ਫਿਰ ਉਹ 25-28 ਤੇ ਅਪਲਾਈ ਕਰ ਸਕਦੇ ਹਨ ਉਸ ਵਿੱਚ ਬੁਨਿਆਦੀ ਤੌਰ ਤੇ ਉਹਨਾਂ ਕੋਲ 2 ਆਪਸ਼ਨ ਨੇ ਇੱਥੇ ਆਪਸ਼ਨ ਉਹ ਇੰਡੀਆ ਤੋਂ ਪੱਕੇ ਤੌਰ ਤੇ ਸਰ ਅਪਲਾਈ ਕਰ ਦੇਣ ਜਾਂ ਫਿਰ ਜਦੋਂ ਇੱਥੇ ਵਿਜ਼ਿਟ ਤੇ ਆ ਜਾਣ ਤੇ ਵਿਦਿਨ 6 ਮੰਥ ਤੁਸੀਂ ਡਿਪੈਂਡੈਂਟ ਦੇ ਸੀ ਤੇ ਸਰ ਐਪਲੀਕੇਸ਼ਨ ਕਰ ਸਕਦੇ ਹਨ ਤੇ ਇਸ ਵਿੱਚ ਫਿਰ ਤੇ ਤੁਹਾਨੂੰ ਕੋਲ ਐਵੀਡੈਂਸ ਸਟਰੋਂਗ ਹੋਣਾ ਚਾਹੀਦਾ ਜੋ ਕਿਸੇ ਤੋਂ ਫਾਈਨੈਂਸ਼ਲੀ ਡਿਪੈਂਡੈਂਟ ਹੈ ਇਮੋਸ਼ਨਲੀ ਡਿਪੈਂਡੈਂਟ ਹੈ ਫਿਜ਼ੀਕਲੀ ਡਿਪੈਂਡੈਂਟ ਹੈ ਨਾਲ ਤੁਸੀਂ ਕੰਮ ਕਰਦੇ ਹੋ ਔਰ ਤੁਸੀਂ ਉਮਰ ਤੁਸੀਂ ਪ੍ਰੂਵ ਕਰਨਾ ਕਿ ਜਦੋਂ ਉਹਨਾਂ ਦੀ 25 ਸਟੇ ਮਿਲ ਜਾਏਗੀ ਤੇ ਉਸ ਸਟੇਟ ਤੇ ਪਰ ਬਾਰਡਰ ਨਹੀਂ ਪੈਣਗੇ ਬਲਕਿ ਤੁਸੀਂ ਉਹਨਾਂ ਦੀ ਇੱਛਾ ਘੁੰਮਦੇ ਤੇ ਮੇਨਟੇਨ ਕਰੋਗੇ ਤੇ ਦੂਸਰਾ ਕਿ ਜਦੋਂ ਉਹਨਾਂ ਦਾ ਵੀਜ਼ਾ ਖਤਮ ਹੋਣੇ ਚਾਹੇਗਾ ਤੇ ਤੁਸੀਂ ਉਹਨਾਂ ਦੀ ਸਕੀਮ ਦੀ ਜਾਗਰਤਾ ਲੈ ਲਿਓ ਉਹ ਤੁਸੀਂ ਦੱਸਦੇ ਕਿ ਇਹ ਕਿਸ ਕੈਟੇਗਰੀ ਦੀ ਰਿਕੁਆਇਰਮੈਂਟ ਪੂਰੀ ਕਰਦੇ ਹਨ ਤੇ ਉਹਨਾਂ ਵਾਸਤੇ ਬਿਹਤਰ ਆਪਸ਼ਨ ਕੀ ਹੋਏਗੀ ਰਾਜਿੰਦਰ ਬਰਦਨ ਅਸੀਂ ਨੈਕਸਟ ਕਾਲਰ ਦਾ ਜੀ ਫਰਮਾਓ ਜੀ ਅੱਛਾ ਠੀਕ ਹੈ ਬਿਲਕੁਲ ਕੋਈ ਤੁਸੀਂ ਘਬਰਾਉਣ ਵਾਲੀ ਗੱਲ ਨਹੀਂ ਹੈ ਤੇ ਨਾ ਕੋਈ ਫਿਕਰ ਕਰਨ ਵਾਲੀ ਗੱਲ ਹੈ ਕਿਉਂਕਿ ਮੇਰੇ ਆਪਣੇ ਹਿਸਾਬ ਨਾਲ ਜਦੋਂ ਤੁਸੀਂ ਬੱਚੇ ਦੀ ਨੈਸ਼ਨੈਲਿਟੀ ਵਾਸਤੇ ਐਪਲੀਕੇਸ਼ਨ ਕੀਤੀ ਸੀ ਤੇ ਜਿਹੜਾ ਫਾਰਮ ਤੇ ਤੁਸੀਂ ਨਾਲ ਦੇਖਿਆ ਸੀ ਤੇ ਉਹੀ ਨਾਂ ਤੋਂ ਨੈਸ਼ਨੈਲਿਟੀ ਅਪਰੂਵ ਹੋਣੀ ਸੀ ਤੇ ਬਹਰਹਾਲ ਹੁਣ ਉਹਨਾਂ ਦੀ ਨੈਸ਼ਨੈਲਿਟੀ ਦੇ ਸਰਟੀਫਿਕੇਟ ਮਿਲ ਗਏ ਜਦੋਂ ਤੁਸੀਂ ਬ੍ਰਿਟਿਸ਼ ਪਾਸਪੋਰਟ ਵਾਸਤੇ ਅਪਲਾਈ ਕਰੋ ਤੇ ਤੁਸੀਂ ਧਿਆਨ ਨਾਲ ਜਿਹੜਾ ਪਾਸਪੋਰਟ ਦਾ ਫਾਰਮ ਹੋਏਗਾ ਉੱਥੇ ਨਿਆਂ ਨਾਮ ਫਿਲ ਕਰਕੇ ਭਰਨਾ ਹੈ ਤੇ ਨਾਲ ਦੀ ਕੋਲ ਦੀ ਕਾਪੀ ਦਿਖਾ ਦੇਣੀ ਹੈ ਤੇ ਜਦ ਬ੍ਰਿਟਿਸ਼ ਪਾਸਪੋਰਟ ਹੋਏਗਾ ਉਹ ਉਹਨਾਂ ਦੀ ਨਵੇਂ ਨਾਂ ਤੋਂ ਮਿਲ ਜਾਣਾ ਹੈ ਨਾਜ਼ਿਮ ਬਰਦਨ ਅਸੀਂ ਨੈਕਸਟ ਕਾਲਰ ਦਾ ਜੀ ਫਰਮਾਓ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਠੀਕ ਹਾਂ
ਸੀ ਤੇ ਠੀਕ ਹੈ ਬਿਲਕੁਲ ਤੁਸੀਂ ਜੀ ਜਿਹੜਾ 3 ਸਾਲ ਦਾ ਪਹਿਲੇ ਵੀਜ਼ਾ ਮਿਲਿਆ ਸੀ ਤੇ 3 ਸਾਲ ਦੀ ਐਕਸਟੈਂਸ਼ਨ ਹੋਈ ਉਹ ਪੁਰਾਣੇ ਕਾਨੂੰਨ ਦੇ ਅੰਦਰ ਮਿਲੀ ਸੀ ਤੇ 11 ਤੱਕ ਮਿਲੀ ਹੈ ਬਿਲਕੁਲ ਹਾਂ ਤੇ ਤੁਸੀਂ ਵੀ ਕੋਈ ਟੈਸਟ ਵਗੈਰਾ ਪਾਸ ਕਰਨੇ ਦੀ ਲੋੜ ਨਹੀਂ ਪੈਂਦੀ ਓਕੇ ਸਰ ਬਿਲਕੁਲ ਠੀਕ ਹੈ ਬਿਲਕੁਲ ਅੱਜ ਹੈ ਜੇ ਲਾਸਟ ਕਾਲ ਸੇ ਇਸ ਕੇ ਅਸੀਂ ਬਾਕੀ ਵੀ ਯੂਜ਼ਰ ਕੀ ਬੈਕ ਤੋਂ ਚਲਦੇ ਹਨ ਕਿ ਅਗਰ ਤੇ ਕਿਸੇ ਦੀ ਸਟੇ ਮਿਲੀ ਹੈ ਜੁਲਾਈ 2012 ਤੋਂ ਪਹਿਲੇ ਤੇ ਉਹਨਾਂ ਦੀ ਜਿਹੜੀ ਸਟੇ ਮਿਲੀ ਹੈ ਪੁਰਾਣੇ ਰੂਲਸ ਦੇ ਅੰਦਰ ਮਿਲੀ ਸੀ ਤੇ ਜਦੋਂ ਉਹਨਾਂ ਦੇ 6 ਸਾਲ ਕੰਪਲੀਟ ਹੋ ਜਾਣ ਫਿਰ ਤੱਕ ਇਸ ਤੇ ਆਪ ਅਪਲਾਈ ਕਰ ਸਕਦੇ ਉਸ ਟਾਈਮ ਉਹਨਾਂ ਦੀ ਕੋਈ ਟੈਸਟ ਵਗੈਰਾ ਕਰਨੇ ਦੀ ਲੋੜ ਨਹੀਂ ਹੁੰਦੀ ਟੈਸਟ ਵਗੈਰੀ ਇੰਡਸਟਰ ਮਿਲ ਜਾਣੀ ਹੈ ਬਾਅਦ ਮੈਂ ਅਸੀਂ ਅਗਲੇ ਕਾਲ ਜੀ ਫਰਮਾਓ ਸਤਿ ਸ਼੍ਰੀ ਅਕਾਲ ਪੁੱਛਣਾ ਸੀਗਾ ਮੈਂ ਇੱਥੇ 10 ਸਾਲ ਹੋ ਗਏ ਅਨਲੀਗਲ ਰਹਿੰਦੇ ਨੂੰ ਹੁਣ ਮੈਂ ਇੱਥੇ ਬੱਚੇ ਦੇ ਬੇਸ ਤੇ ਪੱਕਾ ਹੋਇਆ 3 ਸਾਲ ਦਾ ਵੀਜ਼ਾ ਮਿਲਿਆ ਸਟੇਟ ਕੈਟਾਗਰੀ 10 ਸਾਲ ਤੱਕ ਇੱਦਾਂ ਚੱਲਣੀ ਹੈ ਮਤਲਬ 2.5 ਸਾਲ ਦਾ ਇਹਦੇ ਪਾਸਪੋਰਟ ਮੈਂ ਵਾਈਫ ਦੇ ਨਾਲ ਇੰਡੀਆ ਜਾ ਕੇ ਕਰਵਾ ਸਕਦਾ ਕਿ ਨਹੀਂ ਦੇ ਠੀਕ ਹੈ ਬਿਲਕੁਲ ਕੋਰਟ ਮੈਰਿਜ ਤੁਸੀਂ ਇੰਡੀਆ ਵੀ ਕਰਾ ਸਕਦੇ ਹੋ ਇੱਥੇ ਵੀ ਕਰਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਬਿਲਕੁਲ ਕਰਾ ਦੇਣੀ ਚਾਹੀਦੀ ਉਸ ਨਾਲ ਤੁਸੀਂ ਦੇ ਕੇਸ ਦੇ ਜ਼ਿਆਦਾ ਚੰਗੇ ਚਾਂਸਿਸ ਬਣਦੇ ਹਨ ਤੇ ਬਾਕੀ ਜਿਹੜਾ ਮਤਲਬ ਤੁਸੀਂ ਵੀ ਫਿਲਹਾਲ ਵੀਜ਼ਾ ਦਿੱਤਾ ਉਹ 2.5 ਸਾਲ ਦਾ ਦਿੱਤਾ ਹੈ ਔਰ ਉਹਨਾਂ ਦੇ ਮੁਤਾਬਿਕ ਉਹਨਾਂ ਤੁਸੀਂ ਵੀ 10 ਈਅਰ ਰੂਟ ਦੇ ਮੁਤਾਬਿਕ ਤੇ ਦਿੱਤਾ ਕਿ ਤੁਸੀਂ ਵੀ 3 ਹੋਰ ਐਕਸਟੈਂਸ਼ਨ ਕਰਨੀ ਪੈਣਗੀ ਤੇ 10 ਸਾਲ ਜਦੋਂ ਹੋ ਜਾਣਗੇ ਫਿਰ ਤੁਸੀਂ ਵੀ ਇੰਡੈਫਰੈਂਟ ਮਿਲਣੀ ਹੈ ਮਗਰ ਜਿਹੜਾ ਕਾਨੂੰਨ ਹੈ ਰੂਲ ਹੈ ਰੈਗੂਲੇਸ਼ਨ ਉਹ ਆਈ ਥਿੰਕ ਚੇਂਜ ਹੁੰਦਾ ਰਹਿੰਦਾ ਹੈ ਹੁਣ ਥੋੜ੍ਹੇ ਅਰਸੇ ਬਾਅਦ 4-5 ਸਾਲ ਬਾਅਦ ਦੁਬਾਰਾ ਇਲੈਕਸ਼ਨ ਹੋਣੇ ਨਈ ਗਵਰਨਮੈਂਟ ਆਉਣੀ ਹੈ ਤੇ ਉਹ ਫਿਰ ਆਪਣੀ ਪਾਲਿਸੀ ਲੈ ਕੇ ਆਉਣਗੇ ਆਪਣੇ ਤਰੀਕੇ ਨਾਲ ਰੂਲ ਵਗੈਰਾ ਚੇਂਜ ਕਰਨਗੇ ਤੇ ਫਿਰ ਉਹ ਟਾਈਮ ਦੇ ਹਿਸਾਬ ਨਾਲ ਦੇਖਿਆ ਜਾਏਗਾ ਕਿਹੜਾ ਕਾਨੂੰਨ ਹੈ ਔਰ ਉਸ ਟਾਈਮ ਕਿਸੇ ਕਿਸ ਕਾਨੂੰਨ ਦੇ ਅੰਦਰ ਫਿਟ ਕਰਦੇ ਹੋ ਰਾਜਨ ਬੰਦਨ ਅਸੀਂ ਨੈਕਸਟ ਕਾਲ ਅਗਰ ਜੀ ਫਰਮਾਓ ਹੈਲੋ ਜੀ ਫਰਮਾਓ ਹਾਂਜੀ ਸਰ ਬਿਲਕੁਲ ਗੱਲ ਕਰ ਰਿਹਾ ਫਰਮਾਓ ਸਤਿ ਸ਼੍ਰੀ ਅਕਾਲ ਅਗਲੇ ਕਾਲ ਜੀ ਫਰਮਾਓ
हेलो जी फरमाओ जी गुड इवनिंग सर मैंने आपसे एक सवाल पूछना था मुझे उम्मीद है कि आप शायद दे देंगे इसका जवाब मेरी वाइफ को नेशनलिटी मिली है अभी अच्छा तो जो वो नेशनलाइजेशन सर्टिफिकेट आया है एक्चुअली क्या है कि उनका नाम सिर्फ एक ही है तो वो फोर नेम है उनका सर नेम नहीं है तो उन्होंने क्या किया है कि जो फोर नेम है ना उसको सर नेम में डाल दिया है और फोर नेम में उन्होंने वो एप्लीकेंट फोर नेम इन ब्रैकेट कर दिया तो ये क्या कि इनको पॉलिसी है या अगर आप इसका बता दें तो ठीक है आपकी कॉल का बहुत शुक्रिया जहाँ तक नेचुरलाइजेशन सर्टिफिकेट का ताल्लुक है तो बिल्कुल उसमें होता ये है कि पहले वो सर नेम ऐड करते फिर फर्स्ट नेम लगाते हैं तो मेरे ख्याल में आपकी वाइफ का कोई सर नेम नहीं था तो इसलिए जो उन्होंने मिडिल नेम होगा मे बी वो पहले लिख दिया हो तो बहरहाल अभी यही ऑप्शन है कि जब आप ब्रिटिश पासपोर्ट में उनका अप्लाई करते हैं तो एप्लीकेशन फॉर्म जो फिल करते हैं वहाँ पर फर्स्ट नेम पे अपनी वाइफ का फर्स्ट नेम लिखेगा सर नेम में उनकी नाम सरनेम लिखेगा और मिडिल नेम अगर उनका कोई है तो वो भी लिखे तो जो ब्रिटिश पासपोर्ट होगा तो जो आप पासपोर्ट की एप्लीकेशन के ऊपर नाम बनेंगे उसी नाम से आपको पासपोर्ट इश्यू किया जाएगा राजन बर्धन अपनी नेक्स्ट कॉलर जी फरमाओ हेलो मलका सत श्रीकाल मलका मैं आपको एक क्वेश्चन पूछा मेरे बच्चों को बेस्ट डिक्शनरी नहीं मिली है ढाई साल की अच्छा तो मैं अपने मम डैड को स्पॉन्सर करना चाह रहा थी मैं कर सकता हूँ इंडिया को बिल्कुल जी मम्मी पापा उन्होंने स्पॉन्सर कर सकते हो आधारित भेज सकते हो बल्कि वधिया ऑप्शन है कि जो पेपर भेजो तो अपनी वाइफ नाल ज्वाइंट स्पॉन्सरशिप डिक्लेरेशन तैयार करके भिजवाओ तो तुम किसी अपने चंगे जो वकील को जाओ और तुम्हें जो स्पॉन्सरशिप डिक्लेरेशन तैयार कर देंगे उसके नाल तुम अपनी बैंक स्टेटमेंट अपने काम के पेपर के नाल मकान के पेपर इंडिया भेज दो इंडिया तो और भी वीजा से अप्लाई कर सकते हैं तो क्योंकि वो पहले कैनेडा वगैरह तो घूम फिर आए हैं तो उन्हें वीजा मिल जाना चाहिए तो पहली स्टेज तो उन्हें 6 माह का वीजा मिलना इतने आकर तुम विजिट करते हो मुड़ के जा सकते हैं नाजिम बंदन अभी नेक्स्ट कॉल अगर जी फरमाओ हेलो जी जी मैंने बात करनी है अपने स्टेटस के बारे में मैं ना पहले स्टूडेंट डिपेंडेंट थी जैसे स्टूडेंट डिपेंडेंट में 6-7 साल स्टूडेंट डिपेंडेंट रही उसके बाद फिर मैंने केस किया असाइलम का तो 2 साल के बाद मेरी जो एप्लीकेशन वो उन्होंने एक्सेप्ट कर ली और मुझे असाइलम का स्टेटस दे दिया तो अब मेरी 2018 में असाइलम पे उसके ऊपर मेरी इंडेफिनिट है तो नेक्स्ट ईयर मेरे 10 साल पूरे हो रहे हैं तो क्या मैं अपना स्विच ऑफ करके अपना स्टेटस 10 साल के बेस पे चेंज करवा सकती हूँ इंडेफिनिट लिस्ट की ठीक है बिल्कुल आप होता ही है कि अगर आपने उस टाइम जब असाइलम किया था अगर आपने उस टाइम ह्यूमन राइट्स की बेसिस के ऊपर एप्लीकेशन की होती और ह्यूमन राइट्स की बेसिस के ऊपर आपको स्टे मिल जाता तो फिर आपके 10 साल काउंट होते और 10 साल की बुनियाद पे आप इंडेक्शन ले सकती थी मगर क्योंकि आपने असाइलम क्लेम किया था अब असाइलम जब क्लेम करती है तो जो आपकी एग्जिस्टिंग लीव होती है वो कैंसिल हो जाती है तो 10 साल की बेसिस के ऊपर आपको आप इंडेक्शन नहीं मिल सकता आपके पास आने आपकी नहीं है कि आपने 5 साल रेफ्यूजी स्टेटस के ऊपर कम्प्लीट करें और उसके बाद 25 स्टे इंडेफिनेट के लिए अप्लाई करें ऑन द ग्राउंड से आपको 5 साल हो गए और आपको पास रेफ्यूजी स्टेटस है नाजिम बर्धन अच्छी नेक्स्ट कॉलर की तरफ जी फरमाओ नाजिम पता चल रहा है इसे ब्रेक का टाइम है दूसरी टीवी चलते रहो अभी चंद लम्बे फिर हाजिर हो कि तुझे सवाल आपके जवाब वेलकम बैक टू द शो नाजिम ऐसी काम का सिलसिला उसमें भी शुरू कर दें जैसे ब्रेक से पहले रोक जाती है सबसे लाइन पर कौन है जी फरमाओ जी हेलो जी जी बिल्कुल जी बात कर रहे हैं फरमाए ਸਮਝਾਉਣਾ ਸੀ ਵਾਪਿਸ ਜਾਣਾ ਪਏਗਾ
ਸਿਕਸਟੀ ਫਾਈਵ ਹੋ
ਤੇ ਫਿਰ ਉਹ ਇੱਥੇ ਆ ਕੇ ਡਿਪੈਂਡੈਂਟ ਵੀਜ਼ਾ ਵਾਸਤੇ ਕੋਸ਼ਿਸ਼ ਕਰ ਸਕਦੇ ਹਨ। ਅਗਰ ਅੰਡਰ 65 ਸਨ ਤਾਂ ਬਿਹਤਰ ਆਪਣੇ ਕੋਲ ਵੀਜ਼ੇ ਦਿੱਤੇ ਆਪਣੇ ਵੀਜ਼ੇ ਦਿੱਤੇ ਜਾਰੀ ਰੱਖਣ ਅਤੇ ਇਸ ਵਿੱਚ ਪ੍ਰੂਫ ਹੋਣਾ ਚਾਹੀਦਾ ਕਿ ਜਿਹੜੇ ਤੁਸੀਂ ਸਿਸਟਰ ਹਨ ਉਹ ਫਾਈਨੈਂਸ਼ੀਅਲੀ ਮਦਰ ਦੀ ਸਪੋਰਟ ਕਰ ਰਹੇ ਹਨ ਔਰ ਮਦਰ ਉਹਨਾਂ ਦੇ ਉੱਪਰ ਫਾਈਨੈਂਸ਼ੀਅਲੀ ਤੇ ਫਿਜ਼ੀਕਲੀ ਡਿਪੈਂਡੈਂਟ ਹਨ। ਨਾਜ਼ਿਮ ਬਰਦਨ ਅਸੀਂ ਅਗਲੇ ਕਾਲਰ ਵਰਡ ਜੀ ਫਰਮਾਓ। ਸਤਿ ਸ਼੍ਰੀ ਅਕਾਲ ਅਪਲਾਈ ਕਰਾਂ ਜਾਓ ਉਹ ਕਰ ਸਕਦੇ ਹੋ ਜਾਂ ਚਾਈਲਡ ਬੈਨੀਫਿਟ ਅਪਲਾਈ ਕਰਾਂ ਜਾਓ
جو ہمارا کل یو ایس ایم پاسپورٹ ہے تے نارمل جڑے بینیفٹ دفتر والے دی پالیسی ہے اور جڑے بھی بینیفٹ پے جو نو جوائنٹ کارڈ ہے تے جے نے ہم سب کو اپلائی کرنا چاہتے ہو یا تو کسی نے بھی فون کر کے فارم منگوا کے پے جو یا پھر آن لائن اپلیکیشن جمع کراؤ مگر بعد میں اسی اگلے سال اگر جی سماؤ ہلو بھائی سب سے کال جی سب سے کال ہاں جی بھائی میں نا لگا تو بول رہا بھائی پہلے میں تین سال کا ویزا ملا تھا تین سال کا ویزا ملا پھر سچ کر رہے ہیں کہ ملا ہے اور میں کیسے نے اپلائی کر رہی ہوں تو کرے پوسٹ کرنا پڑے گا تو اسے نہیں مل جائے گا ویزا جا کے ڈر گئی بھائی ٹھیک ہے بالکل ہاں جی ہوں تو جی اسے ویزا مل جانا چاہیے تھا کیونکہ جیسے جی پرانے رول سے تھے پرانے قانون کے تحت سے ملی تھی تو ہوں جو جیسے جی چھ سال سے لیگل ہو جاتے ہیں تو بالکل فوری طور سے کسی انڈیپینڈنٹ آف سے اپلیکیشن جا دینی ہے انڈیپینڈنٹ آف سے جن ہوم ورک کی تھی وہ 1500 pounds ہے مگر جیسے جی ٹیسٹ وغیرہ کرنے کی ضرورت نہیں پڑے گی تو جب انڈیپینڈنٹ مل جائے تو اس کے بعد جیسے جیسے برٹش پاسپورٹ اپلائی کر رہا ہے نیشنلٹی لینی ہے اس طرح جیسے جی پروسیس ٹیسٹ وغیرہ کر رہے تھے ہوں گے انڈیپینڈنٹ آف سے لو نہیں پڑے گی مگر بتا دینا کہ اگلے سال جی فرماؤ Hi, I've got a general question I want to ask. People that are on, say, the human rights or on spouse visa, what is the home office at the current time? Okay, thank you for that. Of course, if someone is applying on human rights grounds, that is someone wishing to make an application for spouse visa, the home office fee is £649. And that is a postal application. But if you want to apply on the same day and get the vaccine on the same day, then 400 will be the extra charges. So 649 will be the postal fee, and 400 if you want to go on the same day, 400 in addition to £649. Now, then, that's enough. The other caller, G. Farwell. Hello, Sashi Kapati. Sashi Kapati. ہو
बिल्कुल अगर इसे आना चाहते हैं तो विजिट वीजे के ऊपर आ सकते हैं, मगर उन्हें पहले ब्रिटिश एम्बेसी को वीजा लेना पड़ेगा। तो बेहतर ऑप्शन है कि अगर उनसे पते को से आना चाहते हैं या फिर कम देश से आना चाहते हैं तो किसी हिट फैमिली मेंबर को अगर यूरोपियन पासपोर्ट हो तो फिर आ सकते हैं। अगर उनको यूरोपियन पासपोर्ट नहीं है, असली की पक्की से है, तो वो विजिट वीजा के ऊपर सेम तरीके से आ सकते हैं जिसका कोई बंदा इंडिया को आना चाहे। मेरा
ਮੇਰੇ ਕੋਲ ਟੀਵੀ ਹੈ ਨਹੀਂ ਨਾ ਫੋਨ ਤੇ ਸੋਵੇ ਕੋਈ ਫੋਨ ਕਰ ਸਕਦਾ ਜੀ ਅੱਛਾ ਐਸੇ ਬਿਲਕੁਲ ਮੈਂ ਇਹੀ ਤੁਸਾਂ ਕਿ ਦੱਸਿਆ ਸੀ ਕਿ ਹੁਣ ਜਿਹੜਾ 3 ਸਾਲ ਦਾ 3 ਮਹੀਨੇ ਦਾ ਗੈਪ ਹੈ ਉਹ ਕੋਈ ਜ਼ਿਆਦਾ ਗੈਪ ਨਹੀਂ ਹੈ ਤੇ ਤੁਸੀਂ ਐਪਲੀਕੇਸ਼ਨ ਇੰਡੈਪੈਂਡ ਦਾ ਤੇ ਐਪਲੀਕੇਸ਼ਨ ਜਮ੍ਹਾਂ ਕਰਾ ਦੇਣੀ ਹੈ ਤੇ ਹੋਮ ਆਫਿਸ ਦੇ ਫੈਸਲੇ ਕਰਦੇ ਕਰਦੇ ਕੁਛ 4-5 ਮਹੀਨੇ ਲਗਾ ਦੇਣਗੇ ਤੇ ਕਾਨੂੰਨ ਇਹ ਕਹਿੰਦਾ ਕਿ ਜਦੋਂ ਹੋਮ ਆਫਿਸ ਵਾਲੇ ਕਿਸੇ ਦੇ ਕੇਸ ਉੱਪਰ ਫੈਸਲਾ ਲੈਣਗੇ ਉਸ ਤੋਂ ਤੁਸੀਂ ਦੇ 10 ਸਾਲ ਕੰਪਲੀਟ ਹੋਣੇ ਚਾਹੀਦੇ ਹਨ ਤੇ ਕਹਿੰਦੇ ਗਾਈਡੈਂਸ ਲਿਖਿਆ ਹੋਣੇ ਕਹਿੰਦੇ ਟਾਈਮ ਦੇ ਪਹਿਲਾਂ ਹੀ ਤੁਸੀਂ ਕੁਆਲੀਫਾਈ ਕਰੋ ਤੇ ਅਪਲਾਈ ਕਰੋਗੇ ਤੁਹਾਡੀ ਰਿਜੈਕਟ ਕਰ ਦਾਂਗੇ ਉਹ ਕੀ ਤਾਂ ਉਹ ਸਿਰਫ ਬੁਨਿਆਦੀ ਤੌਰ ਤੇ ਜਿਹੜੀ ਹੋਮ ਆਫਿਸ ਦੀ ਆਪਣੀ ਗਾਈਡੈਂਸ ਹੈ ਉਹ ਤੇ ਇਹ ਕਹਿੰਦੀ ਹੈ ਕਿ ਬਿਲਕੁਲ ਅਗਰ ਤੁਸੀਂ 10 ਸਾਲ ਦੀ ਬੇਸ ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ 28 ਦਿਨ ਪਹਿਲੇ ਕਰ ਸਕਦੇ ਹੋ ਕੁਆਲੀਫਾਈ ਦੇ ਮਗਰ ਇਸ ਲਈ ਤੁਸੀਂ ਕੋਰਟ ਆਫ ਅਪੀਲ ਤੇ ਪੀਐਚਡੀ ਦਾ ਸੀਟ ਨੂੰ ਪਾਕਿਸਤਾਨ ਦੇ ਨਾਮ ਤੋਂ ਉਸ ਤੇ ਤੁਸੀਂ ਕੋਰਟ ਆਫ ਅਪੀਲ ਫੈਸਲਾ ਇਸ ਕਰਕੇ ਕਿ ਜਦੋਂ ਹੋਮ ਆਫਿਸ ਨੇ ਡਿਸੀਜਨ ਦੇਣਾ ਹੈ ਉਸ ਤੋਂ ਅਗਰ ਤੁਸੀਂ 10 ਸਾਲ ਕੰਪਲੀਟ ਹੋ ਜਾਣ ਤੇ ਉਹਨਾਂ ਦੇ ਉੱਪਰ ਲੀਗਲ ਅਪਲੀਕੇਸ਼ਨ ਹੈ ਕਿ ਤੁਸੀਂ ਵੀ ਐਪਲੀਕੇਸ਼ਨ ਅਪਰੂਵ ਕਰਨ ਤੇ ਬੁਨਿਆਦੀ ਨਾਮ ਤੋਂ ਅਗਰ ਅੱਜ ਦੀ ਡੇਟ ਤੇ ਤੁਸੀਂ ਪੱਕੀ ਸੇ ਇੰਡੈਫਿਨਿਟ ਦਾ ਅਪਲਾਈ ਕਰਦੇ ਹੋ ਤੇ ਹੋਮ ਆਫਿਸ ਨੇ 3 ਤੋਂ 6 ਮਹੀਨੇ ਲਗਾ ਦੇਣੇ ਹਨ ਤੁਸੀਂ ਐਪਲੀਕੇਸ਼ਨ ਜਮ੍ਹਾਂ ਕਰਾਓ ਕਿਉਂਕਿ ਤੁਹਾਨੂੰ ਕੋਈ ਇਸ ਤੋਂ ਇਲਾਵਾ ਕੋਈ ਦੂਜੀ ਆਪਸ਼ਨ ਮੌਜੂਦ ਨਹੀਂ ਹੈ ਆਰਾਮ ਨਾਲ 3-4 ਮਹੀਨੇ ਵੇਟ ਕਰੋ ਜਦੋਂ ਉਹਨਾਂ ਡਿਸੀਜਨ ਦੇ ਦਿੱਤਾ ਤਾਂ ਉਦੋਂ ਤੱਕ 10 ਸਾਲ ਕੰਪਲੀਟ ਹੋ ਜਾਣ ਤਾਂ ਫਿਰ ਤੁਸੀਂ ਐਪਲੀਕੇਸ਼ਨ ਅਪਰੂਵ ਹੋਣੇ ਦੇ ਚਾਂਸ ਨਹੀਂ ਕੋਈ ਜਿੱਥੇ ਕੋਈ ਐਸਾ ਲਾ ਕੇ ਐਪਲੀਕੇਸ਼ਨ ਲਾ ਕੇ ਆਪਾਂ ਟਾਈਮ ਸਟਾਰਟ ਕਰ ਦਿਓ ਨਹੀਂ ਉਸ ਤੇ ਹਾਲੇ ਲੋੜ ਨਹੀਂ ਪੈਣੀ ਕਿਉਂਕਿ ਅਗਰ ਤੇ ਤੁਸੀਂ ਕੋਈ ਟਾਈਮ ਜ਼ਿਆਦਾ ਚਾਹੀਦਾ ਸੀ ਕੋਈ 8-9 ਮਹੀਨੇ ਸਤਿ ਸ਼੍ਰੀ ਅਕਾਲ।
ਸਰ ਮੈਂ ਪੁੱਛਣਾ ਸੀ ਅਸੀਂ ਹੋਸਪਿਟਲ ਤੋਂ ਆਏ ਹਾਂ ਪੰਜ ਸਾਲ ਹੋ ਗਏ ਸਾਡੇ ਪੂਰੇ ਮਾਰਚ ਦੇ ਵਿੱਚ ਹੋ ਜਾਣੇ ਆ ਸਾਡਾ ਵੀਜ਼ਾ ਸਾਡਾ ਖਤਮ ਹੋ ਜਾਣਾ ਅੱਛਾ ਹੁਣ ਅਸੀਂ ਡੈਫੀਨੇਟ ਵਾਸਤੇ ਅਪਲਾਈ ਕਰਨਾ ਤਾਂ ਕਿੰਨਾ ਟਾਈਮ ਪਹਿਲਾਂ ਕਰ ਸਕਦੇ ਹਾਂ ਠੀਕ ਹੈ ਅਗਰ ਤੁਸੀਂ ਪਬਲਿਕ ਸਟੇ ਵਾਸਤੇ ਅਡਜਸਟਮੈਂਟ ਵਾਸਤੇ ਅਪਲਾਈ ਕਰਨਾ ਚਾਹੋ ਜਿਹੜਾ ਟੋਸ਼ਨ ਦਾ ਪੰਜ ਸਾਲ ਦਾ ਪੀਰੀਅਡ ਹੈ ਉਸ ਤੋਂ 28 ਦਿਨ ਪਹਿਲੇ ਤੁਸੀਂ ਐਡਮਿਸ਼ਨ ਜਮ੍ਹਾਂ ਕਰਾ ਸਕਦੇ ਹੋ ਹੁਣ ਅਗਰ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਖਤਮ ਹੋ ਰਿਹਾ ਮਾਰਚ ਤੇ ਤੁਸੀਂ ਸਰਦੀ ਤੇ ਅਪਲਾਈ ਕਰ ਸਕਦੇ ਹੋ ਤੇ ਜਦੋਂ ਅਪਲਾਈ ਕਰ ਰਿਹਾ ਹੈ ਤੇ ਜਿਹੜੇ ਤੁਸੀਂ ਹਸਪਤਾਲ ਦੇ ਟੂ ਦੇ ਬੋਲਦੀ ਜੀ ਸਾਫ ਤੋਂ ਦੋਨੋਂ ਕੋਲ ਹੈ ਤੇ ਉਹਨਾਂ ਦੇ ਕੰਮ ਦੇ ਤੇ ਪਿਛਲੇ ਪੰਜ ਸਾਲ ਦੇ ਐਪਲੀਕੇਸ਼ਨ ਨਾਲ ਜਮ੍ਹਾਂ ਹੋਣੇ ਚਾਹੀਦੇ ਹਨ ਜਿਸ ਨਾਲ ਹੋਮ ਆਫਿਸ ਵਾਲੇ ਸਾਡੇ ਸਹਿ ਹੋ ਜਾਣਗੇ ਜੋ ਪਿਛਲੇ ਪੰਜ ਸਾਲ ਦੇ ਵਿੱਚ ਕੰਮ ਕਰ ਰਹੇ ਹਨ ਟੈਕਸ ਪੇ ਕਰ ਰਹੇ ਹਨ ਨਾਲ ਕਿਸੇ ਦੇ ਨਾਂ ਤੋਂ ਕੋਈ ਅਪੀਲ ਵਗੈਰਾ ਆਉਂਦਾ ਹੋ ਜੁਆਇੰਟ ਨਾਂ ਤੇ ਜਾਂ ਸੇਮ ਐਡਰੈਸ ਤੇ ਉਹ ਵੀ ਐਡਮਿਸ਼ਨ ਨਾਲ ਜਿਸ ਨਾਲ ਭੇਜਦੇ ਨੇ ਠੀਕ ਹੈ ਤੁਸੀਂ ਆਪਣੀ ਪਰਮਿਟ ਸਟੇ ਅਪਲਾਈ ਕਰਦੇ ਨਾਲ ਆਪਣੀ ਬੱਚਿਆਂ ਦੀ ਅਪਲਾਈ ਕਰੋ ਜਦੋਂ ਉਹਨਾਂ ਦੀ ਪਰਮਿਟ ਸਟੇ ਮਿਲ ਜਾਏ ਕੋਈ 3-4-6 ਮਹੀਨੇ ਤੱਕ ਮਿਲਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਬੱਚਿਆਂ ਹਨ ਉਹ ਫਿਰ ਜਿਹੜੇ ਨੈਸ਼ਨਲ ਦੀ ਆਸੇ ਅਪਲਾਈ ਕਰ ਸਕਦੇ ਹਨ ਇਸ ਗਰਾਊਂਡ ਤੋਂ ਜਿਹੜੇ ਕਿ ਉਹਨਾਂ ਦੀ ਬੱਚੀ ਸਟੇ ਹੋਈ ਹੈ ਤੇ ਨਾਲ ਮੰਮੀ ਕੋਲ ਇੰਡੈਫਨਿਟ ਜਾਂ ਪਰਮਿਟ ਸਟੇ ਹੈ ਨਾਲ ਇਹ ਬੰਦੇ ਨਾਲ ਅਸੀਂ ਅਗਲੇ ਸਾਲ ਤੱਕ ਜੀ ਸਰਵਾਓ ਹਾਂਜੀ ਸਤਿ ਸ਼੍ਰੀ ਅਕਾਲ ਮਾਈ ਸਾਹਿਬ ਸਤਿ ਸ਼੍ਰੀ ਅਕਾਲ ਮਾਈ ਸਾਹਿਬ ਮੈਂ ਪੁੱਛਣਾ ਸੀ ਅਸੀਂ ਸਟੂਡੈਂਟ ਆਏ ਹਾਂ ਮੈਂ ਗ੍ਰੈਜੂਏਟ ਹਾਂ ਠੀਕ ਠੀਕ ਹੈ ਬਿਲਕੁਲ ਹੁਣ ਨਾਰਮਲ ਅਗਰ ਤੁਸੀਂ ਕੋਈ ਅੱਜ ਹੋਮ ਆਫਿਸ ਤੇ ਭੇਜਦੇ ਹੋ ਤੇ ਹੋਮ ਆਫਿਸ ਦੇ ਕੁਛ 6 ਮਹੀਨੇ ਦੇ ਅੰਦਰ ਅੰਦਰ ਫੈਸਲਾ ਦੇ ਦਿੰਦੇ ਹਨ ਤੇ ਤੁਸੀਂ ਦੇ ਕੇਸ ਤੋਂ ਸਭ ਤੋਂ ਬੜੀ ਚੀਜ਼ ਉਹ ਹੈ ਕਿ ਤੁਸੀਂ ਗੁੜੀਆ ਹੈ ਹੁਣ ਗੁੜੀਆ ਦੀ ਜਿੱਦਾਂ ਜ਼ਿਆਦਾ ਟਾਈਮ ਹੈ ਉਸੇ ਉਸਦਾ ਵਧੀਆ ਹੈ ਤੇ ਅਗਰ ਗੁੜੀਆ ਦੀ 5-6-7 ਸਾਲ ਕੰਪਲੀਟ ਹੋ ਤੇ ਕੇਸ ਤੋਂ ਜ਼ਿਆਦਾ ਚੰਗੇ ਚਾਂਸਿਸ ਬਣਦੇ ਹਨ ਤੇ ਜੁਡੀਸ਼ਰੀ ਦਾ ਤੁਸੀਂ ਵੇਟ ਕਰ ਰਹੇ ਹੋ ਦੇਖੋ ਜੁਡੀਸ਼ਰੀ ਵਿੱਚ ਕੀ ਫੈਸਲਾ ਆਉਂਦਾ ਹੈ ਅਗਰ ਉਸਦੇ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਸੀਂ ਸਭ ਤੋਂ ਦੋ ਆਪਸ਼ਨ ਮੌਜੂਦ ਹੋਣਗੇ ਹੇ ਆਪਸ਼ਨ ਹੈ ਜਿੱਥੇ ਤੁਸੀਂ ਹੋਮ ਆਫਿਸ ਦੇ ਸਬਮਿਟ ਸਬਮਿਸ਼ਨ ਜਮ੍ਹਾਂ ਕਰਾਓ ਜਾਂ ਫਿਰ ਦੂਸਰੀ ਆਪਸ਼ਨ ਹੈ ਜਿੱਥੇ ਤੁਸੀਂ ਕੋਰਟ ਆਫ ਅਪੀਲ ਤੇ ਅਪੀਲ ਕਰ ਦਿਓ ਤੇ ਕਿਸ ਤਰ੍ਹਾਂ ਦੇ ਜ਼ਰੂਰ ਫੈਸਲਾ ਹੈ ਤੁਸੀਂ ਕਹਿੰਦੇ ਜੇ ਚੀਜ਼ ਤੋਂ ਮਸਲਾ ਰਾਏ ਦੇ ਦਿਓ ਉਹ ਤੁਸੀਂ ਕੀ ਦੱਸ ਦੇਣਗੇ ਕਿ ਸਮਾਜ ਤੇ ਕਿਸ ਤਰ੍ਹਾਂ ਆਪਸ਼ਨ ਕਰੀ ਜਾਣੀ ਹੈ ਅਗਰ ਬੰਦੇ ਨੇ ਕਿ ਨੈਕਸਟ ਫਾਲੋ ਦਾ ਜੀ ਕਰਵਾਓ ਬਿਲਕੁਲ ਅਸੀਂ ਦੱਸ ਦੇਣਾ ਅਸੀਂ ਹੋਮਸ ਦੇ ਰਿਪੋਰਟਿੰਗ ਤੇ ਬੁਲਾ ਲੈਂਦੇ ਹਨ ਤੇ ਅਗਰ ਜੁਡੀਸ਼ਰੀ ਵਿੱਚ ਉਸਦਾ ਟਰਮਿੰਗ ਹੋ ਉਹ ਕਿਸੇ ਨੂੰ ਰਿਮੂਵ ਨਹੀਂ ਕਰ ਸਕਦੇ ਹਨ ਜਾਂ ਫਿਰ ਰਿਪੋਰਟ ਨਹੀਂ ਕਰ ਸਕਦੇ ਹਨ ਨਾਜ਼ਰੀਨ ਇਸੇ ਤਰ੍ਹਾਂ ਦਾ ਅੱਜ ਦਾ ਸ਼ੋ ਤੇ ਇੱਕ ਘੰਟੇ ਦਾ ਵਰਗਾ ਬੜੀ ਛੇਤੀ ਨਾਲ ਗੁਜ਼ਰ ਗਿਆ ਤੁਸੀਂ ਦੇ ਸਾਹਮਣੇ ਜੇ ਕੋਈ ਜ਼ਿਆਦਾ ਸਵਾਲ ਦੇ ਸਕਦਾ ਪਲੀਜ਼ ਫਿਰ ਵੀ ਕਿਸੇ ਦੀ ਕਾਲ ਨਾ ਮਿਲ ਪਾਈ ਹੋ ਤੇ ਅਗਲੇ ਹਫ਼ਤੇ ਅਗਲੇ ਸੈਟਰਡੇ